ਤੋ ਇੱਕ ਇਸ ਵੇਲੇ ਖਾਸ ਖਬਰਦਾਰ ਰੁਖ ਕਰ ਲੈਣੇ ਆ ਜਿੱਥੇ ਕਿ ਖਬਰ ਜੁੜੀ ਹੋਈ ਹੈ ਜੀ ਭਗਵੰਤ ਸਿੰਘ ਮਾਨ ਦੇ ਮੰਤਰੀ ਦੇ ਨਾਲ ਤੇ ਹੁਣ ਜਿੱਥੇ ਕਿ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਪੰਚਾਇਤ ਮਨਿਸਟਰ ਨੇ ਲਗਾਤਾਰ ਚਰਚਾ ਦੇ ਵਿੱਚ ਚੱਲ ਰਹੇ ਨੇ ਤੇ ਪੰਚਾਇਤ ਮਨਿਸਟਰ ਨੇ ਜਿੱਥੇ ਕਿ ਪੰਜ ਸਰਪੰਚਾਂ ਦੇ ਲਈ ਵੱਖਰਾ ਐਲਾਨ ਕਰ ਦਿੱਤਾ ਹੈ ਪੰਚ ਸਰਪੰਚ ਜਿਹੜੇ ਨੇ ਹੁਣ ਆਪਣੀ ਮਨਮਾਨੀ ਜਿਹੜੀ ਹੈ ਨਹੀਂ ਚਲਾ ਸਕਣਗੇ ਜੇਕਰ ਕਿਸੇ ਪੰਚ ਸਰਪੰਚ ਦੇ ਖਿਲਾਫ ਕੋਈ ਵੀ ਸ਼ਿਕਾਇਤ ਮਿਲਦੀ ਹੈ ਤਾਂ ਉਹ ਜਿਵੇਂ ਕਿ ਹੱਕਦਾਰ ਹੋਵੇਗਾ ਸਜ਼ਾ ਦਾ ਤਾਂ ਫਿਰ ਜਨਤਾ ਦੇ ਆਧਾਰ ਤੇ ਪਿੰਡ ਪੱਦਰ ਦੇ ਆਧਾਰ ਤੇ ਉਸ ਨੂੰ ਹਰਜ਼ਾਨਾ ਦੇਣਾ ਹੋਵੇਗਾ ਤੇ ਉਸ ਨੂੰ ਬਣਦੀ ਸਜ਼ਾ ਤੇ ਕਾਨੂੰਨੀ ਕਾਰਵਾਈ ਵੀ ਜਿਹੜੀ ਹੈ ਉਹਦੇ ਤੇ ਜ਼ਰੂਰ ਕੀਤੀ ਜਾਵੇਗੀ ਗੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਇਹ ਕਿ ਦਰਸਲ ਜਿਵੇਂ ਕਿ ਪਿੰਡ ਦੀ ਪਤਨੀ ਜਿਹੜੀ ਹੈ ਉਸਨਾਂ ਦੀ ਇੱਕ ਮਹਿਲਾ ਸਰਪੰਚ ਹੁੰਦੀ ਹੈ ਤੇ ਉਸ ਮਹਿਲਾ ਸਰਪੰਚ ਦੇ ਨਾਂ ਤੇ ਉਸ ਦਾ ਘਰ ਵਾਲਾ ਸਰਪੰਚੀ ਕਰਦਾ ਇਹ ਤਾਂ ਉਹ ਚੀਜ਼ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੋ ਜਿਸ ਦਾ ਅਹੁਦਾ ਹੈ ਉਹੀ ਉਸ ਦਾ ਇਸਤੇਮਾਲ ਕਰੇਗਾ ਤੇ ਦੂਸਰਾ ਕੋਈ ਵੀ ਉਹਦੇ ਵਿੱਚ ਇੰਟਰਫੇਅਰ ਜਿਹੜਾ ਹੈ ਉਹ ਨਹੀਂ ਕਰ ਸਕਦਾ ਹੈ ਪਿੰਡ ਦੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਸਰਪੰਚ ਕੋਲ ਜਾਂਦੇ ਨੇ ਤਾਂ ਸਰਪੰਚ ਮੌਕੇ ਤੇ ਮੌਜੂਦ ਰਹਿਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਸਰਪੰਚ ਬਾਹਰ ਫਿਰਦਾ ਹੋਵੇ ਤੇ ਪਿੰਡ ਦੇ ਲੋਕ ਜਿਹੜੇ ਨੇ ਸਮੱਸਿਆਵਾਂ ਦੇ ਨਾਲ ਜੂਝਦੇ ਰਹਿਣ ਇਹ ਵੀ ਪ੍ਰਵਾਨ ਨਹੀਂ ਕੀਤਾ ਜਾਵੇਗਾ ਤੇ ਪਿੰਡਾਂ ਦੇ ਸਰਪੰਚਾਂ ਨੂੰ ਵੱਖਰੇ ਤੌਰ ਤੇ ਗ੍ਰਾਂਟਾਂ ਜਿਹੜੀਆਂ ਨੇ ਮੁਹੱਈਆ ਕਰਵਾਈਆਂ ਜਾਣਗੀਆਂ ਦਰਖਤ ਲਾਉਣ ਦੇ ਲਈ ਜਾਂ ਫਿਰ ਪਿੰਡ ਦੇ ਵਿਕਾਸ ਦੇ ਲਈ ਉਹ ਕੰਮ ਜ਼ਰੂਰ ਹੋਣਾ ਚਾਹੀਦਾ ਹੈ ਇਸ ਦੇ ਲਈ ਵੀਡੀਓ ਨੂੰ ਖਿੱਚ ਦਿੱਤਾ ਗਿਆ ਏ ਤੇ ਉਹਨਾਂ ਨੂੰ ਖਾਸ ਸਖਤ ਹਦਾਇਤਾਂ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ-ਨਾਲ ਖਾਸ ਗੱਲ ਜਿਹੜੀ ਹੈ ਸਾਹਮਣੇ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਤੇ ਕਿ ਵੀਡੀਪੀਓ ਔਰਾਂ ਨੂੰ ਇਹ ਸਮਝਾ ਦਿੱਤਾ ਗਿਆ ਏ ਜੇਕਰ ਕੋਈ ਤੁਹਾਡੇ ਹਲਕੇ ਦਾ ਸਰਪੰਚ ਨਜਾਇਜ਼ ਗਲਤੀ ਕਰਦਾ ਏ ਜਾਂ ਫਿਰ ਕਿਸੇ ਕਾਰਵਾਈ ਦੇ ਵਿੱਚ ਫਸਦਾ ਏ ਤੇ ਜਾਂ ਫਿਰ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਏ ਤਾਂ ਇਸ ਦੇ ਵਿੱਚ ਤੁਹਾਡੀ ਵੀ ਪੁੱਛਗਿੱਛ ਜ਼ਰੂਰ ਹੋ ਸਕਦੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਵੱਡੇ ਐਲਾਨ ਕੀਤੇ ਜਾ ਚੁੱਕੇ ਨੇ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਜ਼ੀਰੋ ਟੋਲਰੈਂਸ ਰੱਖਣਾ ਚਾਹੁੰਦੀ ਹੈ ਕਿਸੇ ਚੀਜ਼ ਨੂੰ ਲੈ ਕੇ ਵੀ ਬਹੁਤ ਸਾਰੀਆਂ ਜਿਵੇਂ ਕਿ ਗਲਤੀਆਂ ਪਰਵਾਨ ਨਹੀਂ ਕੀਤੀਆਂ ਜਾਣਗੀਆਂ 1% ਵੀ ਗਲਤੀ ਜਿਹੜੀ ਹੈ ਪਰਵਾਨ ਨਹੀਂ ਕੀਤੀ ਜਾਏਗੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਲਦੀ ਹੀ ਧਿਆਨ ਵਿੱਚ ਲਿਆਂਦਾ ਜਾਵੇ ਜੋ ਗਲਤੀਆਂ ਨੇ ਸੁਧਾਰਿਆ ਜਾਵੇ ਇਸ ਕਰਕੇ ਪਿੰਡ ਦੇ ਪੰਜ ਸਰਪੰਚ ਜਿਹੜੇ ਨੇ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਜ਼ਰੂਰ ਸੁਧਾਰ ਲੈਣ ਇਹ ਕਹਿ ਦਿੱਤਾ ਗਿਆ ਏ ਹੁਣ ਜਿੱਥੇ ਕਿ ਇਹ ਸਾਰੀਆਂ ਚੀਜ਼ਾਂ ਦੇ ਨਾਲ ਫਰਕ ਤੇ ਪਏਗਾ ਹੀ ਉੱਥੇ ਸਭ ਤੋਂ ਵੱਡੀ ਗੱਲ ਇੱਕ ਇਹ ਵੀ ਹੈ ਕਿ ਦਰਸਲ ਹੁਣ ਕਿਸੇ ਦੀ ਗਲਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇਕਰ ਕੋਈ ਪਿੰਡ ਦੇ ਸਰਪੰਚ ਦੇ ਖਿਲਾਫ ਆਪਣੀ ਸ਼ਿਕਾਇਤ ਦਰਜ ਕਰਵਾਉਂਦਾ ਹੈ ਤਾਂ ਉਸ ਨੂੰ ਵੀ ਧਿਆਨ ਦੇ ਵਿੱਚ ਜ਼ਰੂਰ ਲਿਆਂਦਾ ਜਾਏਗਾ ਪੰਜ ਸਰਪੰਚ ਆਪਣੀਆਂ ਮਨਮਾਨੀਆਂ ਹੁਣ ਨਹੀਂ ਕਰ ਪਾਉਣਗੇ ਇਹ ਸਾਰੀਆਂ ਗੱਲਾਂ ਸਾਫ਼ ਹੁੰਦੀਆਂ ਪਈਆਂ ਨੇ ਸੋ ਗੱਲ ਕਰ ਲੈਨੇ ਆ ਖਾਸ ਖਬਰ ਦੀ ਜਿੱਥੇ ਕਿ ਮੰਤਰੀ ਢਾਲੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਏ ਮਿਲਾਂ ਦੀ ਪ੍ਰਾਪਰਟੀ ਵੇਚ ਕੇ ਜਲਦ ਕਿਸਾਨਾਂ ਦਾ ਬਕਾਇਆ ਭੁਗਤਾਨ ਕਰਨਗੇ ਪ੍ਰਾਈਵੇਟ ਗੰਨਾ ਗੰਨਾ ਮਿਲ ਵਾਲਿਆਂ ਨੇ ਧੱਕਾ ਕੀਤਾ ਏ 3 ਸਾਲ ਹੋ ਗਏ ਨੇ ਕਿਸਾਨਾਂ ਨੂੰ ਗੰਨਾ ਸੁੱਟਿਆ ਤੇ ਅਜੇ ਕਿਸਾਨਾਂ ਨੂੰ ਮਿਲ ਪੈਸੇ ਨਾ ਦੇ ਰਹੀ ਐ ਤੇ ਇਹ ਧੱਕੇਸ਼ਾਹੀ ਹੋ ਰਹੀ ਐ ਫਿਰ ਅੱਕ ਕੇ ਕਿਸਾਨ ਖੁਦਕੁਸ਼ੀ ਹੀ ਕਰਨਗੇ ਨਿੱਜੀ ਮਿਲ ਮਾਲਕ ਹਾਕਮਾਂ ਨਾਲ ਮਿਲੇ ਹੋਏ ਨੇ ਅਤੇ ਦੋਮਾਂ ਦੇ ਵਿੱਚ ਇੰਨੇ ਪੈਸੇ ਦਿੱਤੇ ਹੋਏ ਨੇ ਅਸੀਂ ਕਿਸਾਨਾਂ ਨਾਲ ਮਿਲ ਕੇ ਇਸ ਮਾਮਲੇ ਦਾ ਹੱਲ ਕੱਢ ਲਿਆ ਏ ਇਹ ਕਹਿਣਾ ਏ ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਦਾ ਅਸੀਂ ਪਿਛਲੇ ਅਸੀਂ ਕਿਸਾਨਾਂ ਦੇ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਕੱਢਿਆ ਏ ਪਿਛਲੇ ਸਾਲ ਦਾ ਸਰਕਾਰੀ ਗੰਨਾ ਮਿਲਾਂ ਵੱਲ 300 ਕਰੋੜ ਦਾ ਬਕਾਇਆ ਸੀ ਜਿਸ ਦੀ ਪਹਿਲੀ ਕਿਸ਼ਤ 100 ਕਰੋੜ ਜਾਰੀ ਹੋ ਚੁੱਕੀ ਹੈ ਅਤੇ ਰਹਿੰਦੇ ਪੈਸੇ ਵੀ ਕਿਸ਼ਤਾਂ ਦੇ ਵਿੱਚ ਜਾਰੀ ਹੋ ਜਾਣਗੇ ਨਿੱਜੀ ਮਿਲਾਂ ਦਾ ਵੀ ਕਰੀਬ 300 ਕਰੋੜ ਅਤੇ ਸਰਕਾਰੀ ਮਿਲਾਂ ਦਾ ਰਹਿਦਾ ਸਾਰਾ ਬਕਾਇਆ ਵੀ 7 ਸਤੰਬਰ ਤੱਕ ਜਾਰੀ ਕਰਨ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਜਾਰੀ ਕਰ ਦਿੱਤੇ ਨੇ ਨਿੱਜੀ ਮਿੱਲਾਂ ਵਾਲਿਆਂ ਨੇ ਇਸ ਦੀ ਹਾਮੀ ਭਰੀ ਤੇ ਅਸੀਂ ਕਿਸਾਨਾਂ ਨਾਲ ਵਾਅਦਾ ਕੀਤਾ ਪਰ ਫਗਵਾੜਾ ਗੰਨਾ ਮਿਲਦਾ ਮਸਲਾ ਹੋਰ ਹੀ ਹੈ ਇਸ ਮਿਲ ਦੇ ਮਾਲਕ ਠੱਗੀ ਮਾਰ ਗਏ ਇਹ ਮਿਲ ਸਰਕਾਰੀ ਜ਼ਮੀਨ ਤੇ ਬਣੀ ਹੋਈ ਹੈ ਫੈਸਲਾ ਹੋਇਆ ਇਹ ਕਿ ਮਿਲ ਦੀ ਪ੍ਰਾਪਰਟੀ ਵੇਚ ਕੇ ਕਿਸਾਨਾਂ ਦਾ ਬਕਾਇਆ ਦਿੱਤਾ ਜਾਵੇ ਫਿਰ ਪਤਾ ਚੱਲਿਆ ਕਿ ਪ੍ਰਾਪਰਟੀ ਦੇ ਵੀ ਲਿਮਟਾਂ ਨੇ ਫਿਰ ਸਾਨੂੰ ਇਹਨਾਂ ਦੀ ਇੱਕ ਪ੍ਰਾਪਰਟੀ ਫਤਿਹਆਬਾਦ ਹਰਿਆਣਾ ਵਿੱਚ ਮਿਲ ਚੁੱਕੀ ਹੈ ਸਾਡੇ ਅਫਸਰਾਂ ਨੇ ਸੋਚਿਆ ਏ ਕਿ ਕਰੀਬ 29 ਕਰੋੜ ਦੀ ਜਾਇਦਾਦ ਨੂੰ ਜਦੋਂ ਅਸੀਂ ਖੁੱਲੀ ਬੋਲੀ ਤੇ ਵੇਚਾਂਗੇ ਤਾਂ ਇਹ 40-45 ਕਰੋੜ ਰੁਪਏ ਦੇ ਵਿੱਚ ਵਿਕ ਜਾਵੇਗੀ ਜਦੋਂ ਅਫਸਰ ਇਸ ਨੂੰ ਵੇਚਣ ਲੱਗੇ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਪਹਿਲਾਂ ਇੱਕ ਬੰਦੇ ਕੋਲੋਂ ਬਿਆਨਾ ਲਿਆ ਹੋਇਆ ਏ ਜਦੋਂ ਖੁੱਲੀ ਬੋਲੀ ਹੋਈ ਤਾਂ ਜੇਕਰ ਉਹ ਬੰਦਾ ਹਾਈ ਕੋਰਟ ਚਲਾ ਗਿਆ ਤਾਂ ਕੇਸ ਉਲਝ ਜਾਵੇਗਾ ਇਸੇ ਗੱਲ ਕਰਕੇ ਇਹ ਮਸਲਾ ਉਲਝ ਚੁਕਿਆ ਏ ਇਸ ਨੂੰ ਮੈਂ ਆਪਣੇ ਅਫਸਰਾਂ ਦੀ ਗਲਤੀ ਮੰਨਦਾ ਕਿਸਾਨਾਂ ਦਾ 72 ਕਰੋੜ ਇਸ ਮਿਲ ਦੇ ਵਿੱਚ ਬਕਾਇਆ ਏ ਅਸੀਂ ਮਿਲ ਦੀ ਫਤਿਹਆਬਾਦ ਵਾਲੀ ਪ੍ਰਾਪਰਟੀ ਵੇਚ ਕੇ ਕਿਸਾਨਾਂ ਦੇ ਪੈਸੇ ਵਾਪਸ ਦੇਵਾਂਗੇ ਜੋ ਬਕਾਇਆ ਬਚਿਆ ਉਸ ਦਾ ਵੀ ਜਲਦ ਹੱਲ ਕੱਢਿਆ ਜਾਵੇਗਾ ਦਰਸਲ ਇਹ ਅਹੁਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਤੋਂ ਖਾਲੀ ਹੋਇਆ ਏ ਅਸੀਂ ਅਪ੍ਰੈਲ ਮਹੀਨੇ 'ਚ ਹੀ ਅਰਜ਼ੀਆਂ ਲੈ ਲਈਆਂ ਨੇ ਪੰਜਾਬ ਤੋਂ ਵਧੇਰੇ ਵਿਅਕਤੀਆਂ ਨੇ ਅਰਜ਼ੀਆਂ ਆਈਆਂ ਨੇ ਜਿਨ੍ਹਾਂ 'ਚੋਂ 5 ਨੂੰ ਚੁਣਿਆ ਜਾ ਚੁੱਕਿਆ ਏ ਮੇਰੇ ਮੰਤਰੀ ਬਣਨ ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਇਹੀ ਕਿਹਾ ਸੀ ਕਿ ਯੂਨੀਵਰਸਿਟੀ ਨੂੰ ਵੀ ਸੀਅ ਦਿੱਤਾ ਜਾਵੇ ਜਿਸ ਤੇ ਮਾਨ ਸਾਹਿਬ ਨੇ ਜਲਦ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਉਮੀਦ ਹੈ ਕਿ 15 ਅਗਸਤ ਤੱਕ ਯੂਨੀਵਰਸਿਟੀ ਨੂੰ ਨਵਾਂ ਵੀਸੀ ਮਿਲ ਜਾਵੇਗਾ ਹੋਰ ਖਾਲੀ ਪੋਸਟਾਂ ਵੀ ਸਾਭ ਦੀ ਸਹਿਮਤੀ ਨਾਲ ਭਰੀਆਂ ਜਾਣਗੀਆਂ ਮੈਂ ਜਲਦ ਲੁਧਿਆਣਾ ਜਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਾਂਗਾ ਜਿੰਨਾਂ ਕੈਟਾਗਰੀਆਂ ਨੂੰ ਇਸ 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 ਇਸ਼ਤਿਹਾਰ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਉਹਨਾਂ ਨੂੰ ਆਉਂਦੇ ਸਮੇਂ ਜਾਰੀ ਹੋਣ ਵਾਲੇ ਨੌਕਰੀਆਂ ਦੇ ਇਸ਼ਤਿਹਾਰ ਵਿੱਚ ਰੱਖਿਆ ਜਾਵੇਗਾ ਹੋਰ ਨੌਕਰੀਆਂ ਕੱਡੀਆਂ ਜਾਣਗੀਆਂ ਫਿਲਹਾਲ ਅਸੀਂ ਸਰਕਾਰ ਦੇ ਬਜਟ ਦੇ ਹਿਸਾਬ ਨਾਲ ਚੱਲ ਰਹੇ ਹਾਂ ਸਰਕਾਰ ਜਦੋਂ ਨੌਕਰੀਆਂ ਦਾ ਇਸ਼ਤਿਹਾਰ ਕੱਢਦੀ ਹੈ ਤਾਂ ਸਭ ਕੁਝ ਵੇਖਣਾ ਪੈਂਦਾ ਹੈ ਕਿਉਂਕਿ ਤਨਖਾਹਾਂ ਵੀ ਦੇਣੀਆਂ ਨੇ ਆਉਣ ਵਾਲੇ ਸਮੇਂ 'ਚ ਸਾਰਿਆਂ ਨੂੰ ਮੌਕਾ ਵੀ ਦਿੱਤਾ ਜਾਵੇਗਾ ਮੈਂ ਜਿਸ ਦਿਨ ਖੇਤੀਬਾੜੀ ਵਿਭਾਗੇ ਦਾ ਚਾਰਜ ਲਿਆ ਤਾਂ ਉਸ ਦਿਨ ਖਬਰ ਆ ਗਈ ਕਿ ਮਾਲ ਵਿੱਚ ਨਰਮੇ ਨੂੰ ਸੁੰਡੀ ਨਾਲ ਨੁਕਸਾਨ ਹੋਇਆ ਏ 320 ਟੀਮਾਂ ਬਣਾਈਆਂ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੇ ਦੱਸਿਆ ਏ ਕਿ 6 ਬਾਰ ਸਪਰੇਅ ਕੀਤੀ ਪਰ ਮੱਖੀ ਵੀ ਨਹੀਂ ਮਰੀ ਐ ਹੈਰਾਨੀ ਹੋਈ ਐ ਕਿ ਬੀਜ ਖਾਦਾਂ ਦਵਾਈਆਂ ਸਭ ਨਕਲੀ ਵਿਕ ਰਹੀਆਂ ਨੇ 5 ਸਟੋਰ ਅਸੀਂ ਸੀਲ ਕਰ ਦਿੱਤੇ ਨੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਏ ਕੇ ਵੱਦ ਜੋ ਨਕਲੀ ਦਵਾਈਆਂ ਵਿਕਦੀਆਂ ਨੇ ਪੰਜਾਬ ਕੇਸਰੀ ਚ ਛੱਪੀ ਇੱਕ ਖਬਰ ਤੋਂ ਖੁਲਾਸਾ ਹੋਇਆ ਹੈ ਕਿ ਸਾਡੇ ਇੱਕ ਚੀਫ ਐਗਰੀਕਲਚਰ ਅਫਸਰ ਪ੍ਰਿਤਪਾਲ ਸਿੰਘ ਦੀ ਰਜਾ ਮੰਡੀ ਨਾਲ ਨਕਲੀ ਦਵਾਈਆਂ ਵੇਚੀਆਂ ਜਾ ਰਹੀਆਂ ਨੇ ਤੇ ਉਹਨਾਂ ਲੋਕਾਂ ਤੇ ਕਾਰਵਾਈ ਜਿਹੜੀ ਹੈ ਅਸੀਂ ਕਰ ਰਹੇ ਆ ਕਿਸਾਨਾਂ ਨੂੰ ਵੀ ਜਾਗਰੂਤ ਕਰ ਰਹੇ ਆ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਦੇ ਨਾਲ ਗੱਲ ਜਿਹੜੀ ਹੈ ਉਹ ਕੀਤੀ ਹੋਈ ਹੈ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਪੱਕਾ ਹੱਲ ਕੀਤਾ ਜਾ ਰਿਹਾ ਹੈ ਜਿਸ ਨੇ ਕਿਹਾ ਸੀ ਕਿ ਅਸੀਂ ਇਹਨਾਂ ਚੀਜ਼ਾਂ ਦਾ ਹੱਲ ਲੱਭੀਏ ਤਾਂ ਹੱਲ ਲੱਭੇ ਜਾ ਰਹੇ ਨੇ ਬਹੁਤ ਜਲਦ ਇਹਨਾਂ ਚੀਜ਼ਾਂ ਨੂੰ ਸੰਭਾਲ ਲਿਆ ਜਾਵੇਗਾ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ